ਪੁੱਛਣਾ ਮੈਂ, ਕਨੌਲੀ ਬਾਰਡਰ ਇੱਕ ਨੌਜਵਾਨ ਦੀ ਮੌਤ ਹੋਈ, ਤੁਸੀਂ ਸਾਰਾ ਕੁਝ ਦੇਖਿਆ, ਠੀਕ ਹੈ, ਕੀ ਹੋਇਆ ਸੀ? ਮੈਂ ਬਾਈ ਜਸਵਿੰਦਰ ਸਿੰਘ, ਮਲਕਾਣਾ ਪਿੰਡ ਹੈ ਮੇਰਾ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਬਾਈ ਅਸੀਂ ਕੱਲ੍ਹ ਦੇ ਇੱਥੇ ਪਹੁੰਚੇ ਹੋਏ ਹਾਂਗੇ, ਬਹੁਤ ਬੁਰਾ ਹਾਲ ਆ, ਥਰੂ ਗੈਸ ਸਿੱਟੀ ਜਾਂਦੇ, ਗੋਲੇ ਸਿੱਟਦੇ, ਵੱਡੇ ਵੱਡੇ ਬੰਬ ਸਿੱਟੀ ਜਾਂਦੇ ਆ, ਉਹਦੇ ਵਿੱਚ ਹੀ ਬਾਈ ਕਿਸੇ ਨੇ ਪੱਕੀ ਗੋਲੀ ਸਿੱਟੀ ਹੈਗੀ, ਪੱਕੀ ਗੋਲੀ ਮੁੰਡੇ ਦੇ ਇੱਥੇ ਲੱਗੇ, ਸਾਨੂੰ 5-7 ਮਿੰਟ ਪਤਾ ਨਹੀਂ ਲੱਗਾ, ਕਈ ਬੰਦੇ ਹੋਰ ਸੀ ਜਿਨ੍ਹਾਂ ਨੇ ਹੋਰ ਦੱਬਾ ਦੱਬੀ ਕਰਨ, ਬਾਬੇ ਵਰਗਿਆਂ ਉੱਤੋਂ ਛਾਤੀ ਦੱਬੀ ਵੀ, ਦੌਰਾ ਪੈ ਗਿਆ ਕਿਤੇ ਗਰਮੀ ਕਾਰਨ, ਤੇ ਸਾਨੂੰ 5 ਮਿੰਟਾਂ ਬਾਅਦ ਪਤਾ ਲੱਗਾ ਜੋ ਖੂਨ ਪਾਸੇ ਡੁੱਲਣ ਲੱਗਾ, ਐਡੀ ਮੋਰੀ ਕੱਢਤੀ ਵੀ, ਤੁਹਾਨੂੰ ਵੀਡੀਓ ਵੀ ਸੈਂਡ ਕਰ ਦਿੰਦਾ ਗਾ ਮੁੰਡੇ ਦੀ। ਜੀ, ਹੋਰ ਵੀ ਨੌਜਵਾਨ ਜ਼ਖਮੀ ਹੋਏ ਨੇ? ਬਈ 3-4 ਮੁੰਡੇ ਜ਼ਖਮੀ ਹੋਏ, ਕਿਤੇ ਪੱਟ 'ਚ ਗੋਲੀ ਲੱਗੀ, ਉਹਦੀ ਵੀ ਡੈਥ ਹੋ ਗਈ, ਇਹ ਕੀ ਹੋ ਗਿਆ? 2 ਹੋ ਗਏ, 2-3 ਮੁੰਡਿਆਂ ਨੂੰ ਚੱਕ ਕੇ ਲੈ ਗਏ, ਲੱਤ ਤੇ 4-5 ਮੁੰਡੇ ਉਧਰ ਚੱਕ ਕੇ ਲੈ ਗਏ ਬਾਈ। ਹੁਣ ਵੀ ਬਹੁਤ ਬੁਰਾ ਹਾਲ ਆ ਬਈ, ਕੋਈ ਪ੍ਰਬੰਧ ਨਹੀਂ, ਆਪਣੇ ਜਿਹੜੇ ਮੇਨ ਜਥੇਬੰਦੀਆਂ ਦੇ ਮੇਨ ਆਗੂ ਹੈ, ਉਹ ਵੀ ਮਾੜਾ ਮੋਟਾ ਆ ਕੇ ਇੱਥੇ ਸਹਿਯੋਗ ਦੇਣ, ਉਹ ਵੀ ਨਾਲ ਖੜਨ, ਦੱਸਣ ਬੰਦਿਆਂ ਨੂੰ ਕਿਹੜੇ ਪਾਸੇ ਆਪਾਂ ਜਾਣਾ ਕਿਤੇ ਨਹੀਂ ਜਾਣਾ, ਬਹੁਤ ਬੁਰਾ ਹਾਲ ਆ ਬਾਈ। ਕੁੱਲ 2 ਮੌਤ ਹੋਈ ਹੈ ਨਾ? ਹਾਂ, 2 ਮੌਤ ਹੋਊਗਾ ਭਰਾ। ਹਾਂ, ਇੱਕ ਡੈਥ ਹੋਈ, ਬਰੋਡ ਡੈਡ ਆਇਆ ਜੀ, ਇਹ ਕਨੌਰੀ ਬਾਰਡਰ ਤੋਂ ਆਇਆ, ਮਾਰਚੀ ਸ਼ਿਫਟ ਕਰਤਾ ਜੀ ਅਸੀਂ, ਉਸ ਤੋਂ ਇਲਾਵਾ 2 ਹੋਰ ਆਏ ਹੋਏ ਆ, ਦੋਨੋਂ ਵੀ ਕਨੌਰੀ ਬਾਰਡਰ ਤੋਂ, ਦੋਨੋਂ ਸਟੇਬਲ ਨੇ ਜੀ, ਇੱਕ ਦੇ ਪੱਟ ਸੱਟ ਹੈ, ਦੂਸਰੇ ਦੇ ਵੀ ਸਿਰ ਤੇ ਸੱਟ ਹੈ, ਦੋਨੋਂ ਸਟੇਬਲ ਨੇ। ਇੱਥੇ ਨੇ ਜਾਂ ਕਿਤੇ ਰਹੇ? ਹਾਂ ਜੀ, ਸਾਡੇ ਕੋਲ ਹੀ ਨੇ ਜੀ, ਉਹ ਰੈਫਰ ਨਹੀਂ ਕਰਨ ਵਾਲੇ ਹੈ, ਲੱਗਦੇ ਨਹੀਂ, ਯੂਨੀਵਰਸਿਟੀ ਚ ਆ ਰਹੇ ਹਾਂ, ਫਾਰ ਦਾ ਟਾਈਮ ਬੀਇੰਗ ਸਟੇਬਲ ਨੇ। ਸਰ, ਜਿਹੜੀ ਡੈਥ ਹੋਈ ਆ ਉਹ ਲੱਗ ਜਾਏਗਾ ਕਿ ਗੋਲੀ ਲੱਗੀ ਉਹਦੇ, ਕਿਉਂਕਿ ਜਿਹੜੀ ਪੋਸੀਬਿਲਟੀ ਲੱਗਦੀ ਹੈ, ਬਾਕੀ ਪੋਸਟਮਾਰਟਮ ਦੇ ਕਨਫਰਮ ਹੋ ਜਾਊਗਾ। ਉਮਰ ਕੁਝ ਐਸਾ 21-22 ਸਾਲ ਦਾ ਜੀ, ਜਿਹਦੇ ਕੁਝ ਨਾਮ ਨੂੰ ਕੀ ਹੈ ਸਰ? ਨਾਮ ਉਹਦਾ ਸ਼ੁਭ ਕਰਨ ਨਾਮ ਦਾ, ਕੁਝ ਪਤਾ ਲੱਗੇ ਨਹੀਂ ਕਿਹੜੇ ਜ਼ਿਲ੍ਹਾ ਤੋਂ ਬਿਲੋਂਗ ਕਰਦੇ? ਬਠਿੰਡਾ।